بسم اللہ الرحمن الرحیم السلام علیکم ناظرین ਤੁਹਾਡਾ ਆਪਣਾ ਮੇਜ਼ਬਾਨ تنویر ਖਣ ਕਾਵਿਸ਼ ਤੁਹਾਡੀ خدمت ਵਿੱਚ ਹਾਜ਼ਰ ਹਾਂ ਤੁਸੀਂ ਦੇਖ ਰਹੇ ਹੋ YouTube ਚੈਨਲ ਆਪਣਾ ਮੁੰਡੀ ਖੇਲ ਮੈਂ ਜਿਸ ਤਰ੍ਹਾਂ ਕਿ ਦੋਸਤਾਂ ਨੂੰ ਪਤਾ ਕਿ ਮੇਰਾ ਪਿੰਡ ਮੁੰਡੀ ਖੇਲਾ ਨੂਰਕੋਟ ਮੇਰੀ ਦੁਕਾਨ ਹੈ ਡੇਲੀ ਮੈਂ ਸੜਕ ਦੇ ਉੱਤੋਂ ਦੀ ਗੁਜ਼ਰਨਾ ਹੁੰਦਾ ਮੋਟਰਸਾਈਕਲ ਤੇ ਵਾਸਤੇ ਤੇ ਮੈਂ ਦੇਖਣਾ ਤੇ ਮੈਨੂੰ ਬੜਾ ਦੁੱਖ ਹੁੰਦਾ ਕਿ ਯਾਰ ਗਵਰਨਮੈਂਟ ਤੇ ਪੈਸੇ ਦੇ ਦਿੰਦੀ ਹੈ ਲੇਕਿਨ ਦੇ ਵੀ ਦੇਣੇ ਨੇ ਉਹਨਾਂ ਨੇ ਪਾਸ ਠੇਕੇਦਾਰ ਨੂੰ ਪੈਸੇ ਲੇਕਿਨ ਯਾਰ ਮੈਂ ਇੱਕ ਇਲਤਜਾ ਕਰਨਾ ਚਾਹਨਾ ਕਿ ਜਿਸ ਬੰਦੇ ਨੇ ਇਹ ਰੋਡ ਪਾਸ ਕਰਨਾ ਹੈ ਨਾ ਜਦੋਂ ਵੀ ਪਾਸ ਕਰਨਾ ਛੱਕੇਗੜ ਤੋਂ ਨਰਵਲ ਤੱਕ ਸ਼ਾਇਦ ਜਾਂ ਕਰਤਾਰਪੁਰ ਤੱਕ ਜਿੰਨਾ ਵੀ ਰੋਡ ਬਣਨਾ ਜਿਸ ਬੰਦੇ ਨੇ ਪਾਸ ਕਰਨਾ ਉਸ ਬੰਦੇ ਵਾਸਤੇ ਹੱਥ ਜੋੜ ਕੇ ਮੈਂ ਇਲਤੀਜਾ ਕਰਨਾ ਚਾਹਨਾ ਕਿ ਯਾਰ ਇੱਕ ਦਿਨ ਹਰ ਬੰਦੇ ਨੇ ਮਰ ਜਾਣਾ ਤੇ ਸਾਬ ਤੂੰ ਵੀ ਮਰ ਜਾਣਾ ਤੇਰੀ ਮਿਹਰਬਾਨੀ ਅੱਲਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਨਾ ਤਾਂ ਇਮਾਨਦਾਰੀ ਨਾਲ ਰੋਡ ਪਾਸ ਕਰਨਾ ਇੰਜ ਨਹੀਂ ਪਾਸ ਕਰਨਾ ਇੱਕ ਆਨੀਆਂ ਦਾ ਰੋਡ ਸਾਡੇ ਮੁਤਾਬਕ ਅਸੀਂ ਵੀ ਇਹਨਾਂ ਰੋਡਾਂ ਤੇ ਜ਼ਿੰਦਗੀ ਗੁਜ਼ਾਰੀ ਆ ਬੜੀ ਵਾਰੀ ਸਾਡੀ ਜ਼ਿੰਦਗੀ ਚ ਰੋਡ ਬਣਿਆ ਪਰ ਜਿਹੜਾ ਇਹ ਰੋਡ ਬਣਦਾ ਪੈਣਾ ਸਭ ਤੋਂ ਨਾਕਿਸ ਕਿਸਮ ਦਾ ਰੋਡ ਬਣਦਾ ਪਿਆ ਔਰ ਬਣਿਆ ਹੋਇਆ ਰੋਡ ਦੇ ਉੱਤੋਂ ਦੀ ਕਦੇ ਮੋਟਰਸਾਈਕਲ ਲੈ ਕੇ ਗੁਜ਼ਰੋ ਗੱਡੀ ਲੈ ਕੇ ਗੁਜ਼ਰੋ ਕਾਰ ਲੈ ਕੇ ਗੁਜ਼ਰੋ ਤੁਹਾਨੂੰ ਪਤਾ ਲੱਗੇ ਕਿੰਨੇ ਜੰਪ ਲੱਗਦੇ ਨੇ ਕਿਤੋਂ ਉੱਚੀ ਕਿਤੋਂ ਨੀਵੀਂ ਕੀ ਹਿਸਾਬ ਕਿਤਾਬ ਤੁਸੀਂ ਹੁਣ ਵੀ ਦੇਖਦੇ ਪਿਓ ਅਗਰ ਕੋਈ ਸਾਡੇ ਕੋਲ ਬੇਲਚਾ ਹੋਇਆ ਨਾ ਤਾਂ ਉਹ ਪੁੱਟ ਕੇ ਦਸੀਏ ਕਿ ਮਟੀਰੀਅਲ ਕਿੰਨਾ ਉੱਤੇ ਪੈਣ ਰਿਹਾ ਤੇ ਕਿੰਨਾ ਨੀਚੇ ਆ ਲੇਕਿਨ ਇਹ ਕਿ ਇੱਕੋ ਹੀ ਅਰਜ਼ ਕਰਨਾ ਚਾਹਨਾ ਕਿ ਮੇਰੀ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਫੇਸਬੁੱਕ ਤੇ YouTube ਤੇ ਸ਼ੇਅਰ ਕਰੋ ਤਾਂ ਕਿ ਜਿਸ ਸਾਹਮਣੇ ਵੀ ਇਹ ਪਾਸ ਸੜਕ ਕਰਨੀਆਂ ਨਾ ਉਹਦੇ ਤੱਕ ਮੈਸੇਜ ਪਹੁੰਚਾਣਾ ਚਾਹਨਾ ਮੈਂ ਕਿ ਖੁਦਾ ਦੇ ਬੰਦਿਆ ਸਾਬ ਤੇਰੇ ਅੱਗੇ ਗੁਜ਼ਾਰਿਸ਼ ਹੈ ਕਿ ਜਦੋਂ ਪਾਸ ਕਰੇ ਨਾ ਸੜਕ ਨੂੰ ਤਾਂ ਇਮਾਨਦਾਰੀ ਨਾਲ ਪਾਸ ਕਰਨਾ ਐਵੇਂ ਨਹੀਂ ਪਾਸ ਕਰ ਦੇਣੀ ਇਹ ਸੜਕ ਕਿਉਂਕਿ ਇਸ ਸੜਕ ਦਾ ਕੋਈ ਫਾਇਦਾ ਨਹੀਂ ਆ ਮੈਨੂੰ ਨਹੀਂ ਲੱਗਦਾ ਕਿ ਆ ਬਰਸਾਤ ਜਿਹੜੀਆਂ ਨੇ ਸੜਕ ਕੱਢੇਗੀ ਜੇ ਬਰਸਾਤ ਕੱਢੇਗੀ ਤਾਂ ਅਗਲੀ ਬਰਸਾਤ ਨਹੀਂ ਕੱਢੇਗੀ ਤਾਂ ਅਸਲੀ ਬੜੀ ਮਿਹਰਬਾਨੀ ਹੋ ਗਈ ਦੋਸਤਾਂ ਕੇ ਕਿ ਜ਼ਿਆਦਾ ਜ਼ਿਆਦਾ ਇਹਨੂੰ ਸ਼ੇਅਰ ਕਰਨਾ ਤੇ ਸਾਡੇ ਉਹ ਸਾਹਿਬ ਅੱਗੇ ਫੇਰ ਆਖਰੀ ਵਾਰੀ ਗੁਜ਼ਾਰਿਸ਼ ਕਰਨਾ ਕਿ ਰੋਡ ਪਾਸ ਕਰਨਾ ਤੇ ਅੱਲਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਰਨਾ ਕੋਈ ਇੱਕ ਆਨਿਆਂ ਦਾ ਜਿਹੜਾ ਰੋਡ ਹੈ ਨਾ ਨਹੀਂ ਬਣਦਾ ਪਿਆ ਬਾਕੀ ਅਗਰ ਮੇਰੀ ਇਹ ਗੱਲਬਾਤ ਤੁਹਾਨੂੰ ਅੱਛੀ ਲੱਗੀ ਹੋਏ ਤਾਂ ਯਾਰ ਵੀਡੀਓ ਨੂੰ ਲਾਈਕ ਔਰ ਸ਼ੇਅਰ ਲਾਜ਼ਮੀ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਆਪਣੇ ਤਨਵੀਰ ਖਾਨ ਕਾ ਹਵਸ਼ ਨੂੰ ਦਿਓ ਇਜਾਜ਼ਤ ਅੱਲਾ ਹਫੀਜ਼